ਦਾਖਾ ਵਿਧਾਨ ਸਭਾ ਉਪਚੁਣਾਅ ਲਈ ਮਤਗਣਨਾ ਦਾ ਕ੍ਰਮ ਸ਼ੁਰੂ ਹੋ ਚੁੱਕਿਆ ਹੈ। ਮਤਗਣਨਾ ਲਈ 80 ਦੇ ਲਗਭਗ ਪੋਲਿੰਗ ਸਟਾਫ ਲਗਾਇਆ ਗਿਆ ਹੈ। 20 ਟੇਬਲਾਂ ਉੱਤੇ ਮਤਗਣਨਾ ਹੋ ਰਹੀ ਹੈ ਅਤੇ ਛੇਤੀ ਹੀ ਰੁਝੇਵੇ ਆਉਣੇ ਸ਼ੁਰੂ ਹੋ ਜਾਣਗੇ। 16 ਰਾਊਂਡ ਦੀ ਕਾਊਂਟਿੰਗ ਹੋਵੇਗੀ। ਉੱਥੇ ਹੀ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਬੰਦੋਬਸਤ ਕੀਤੇ ਗਏ ਹਨ। 3 ਪੱਧਰ ਸੁਰੱਖਿਆ ਪ੍ਰਬੰਧਕ ਕੀਤੇ ਗਏ ਹਨ, ਜਿਸ ਵਿੱਚ BSF ਅਤੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਸ਼ਾਮਿਲ ਹੈ। ਇਸ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਂਦੇ ਹੋਏ DIG ਰਣਵੀਰ ਸਿੰਘ ਖੱਟੜਾ ਨੇ ਦਾਅਵਾ ਕੀਤਾ ਕਿ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚੂਕ ਨਹੀਂ ਵਰਤੀ ਜਾਵੇਗੀ। ਸੁਰੱਖਿਆ ਜ਼ੋਰ ਪੂਰੀ ਤਰ੍ਹਾਂ ਤੋਂ ਮੁਸਤੈਦ ਹੈ। ਐਸਾ ਵਾਕਈ ਸੈਂਸਿਟਿਵ ਕੰਸਟੀਚੁਐਂਸੀ ਡਿਕਲੇਅਰ ਕੀਤੀ ਗਈ ਸੀ, ਉਹਦੇ ਮੁਤਾਬਕ ਅਸੀਂ ਪੂਰੇ ਪ੍ਰੋਗਰਾਮ ਜਿੰਨੇ ਵੀ ਪ੍ਰਬੰਧ ਸੀ ਲਾਅ ਐਂਡ ਆਰਡਰ ਦੇ ਬੰਦੋਬਸਤ ਪੂਰੇ ਕੰਪਲੀਟ ਰੱਖੇ ਹੋਏ ਨੇ। ਅੱਜ ਵੀ ਤੁਸੀਂ ਦੇਖੋਗੇ ਆਲੇ ਦੁਆਲੇ ਨਾਕਾਬੰਦੀ ਹੋਈ ਹੋਈ ਹੈ 3 ਟਾਇਰ, ਉਸ ਤੋਂ ਬਾਅਦ ਇਹਨੂੰ ਸਿੰਗਲ ਰੋਡ ਇਹਨੂੰ 1-way ਟ੍ਰੈਫਿਕ ਕੀਤਾ ਹੋਇਆ। ਉਸ ਤੋਂ ਬਾਅਦ ਇੱਥੇ ਗੇਟਸ ਦੇ ਉੱਤੇ ਐਂਟਰੀ ਅੰਦਰਲੇ ਪਾਸੇ ਸਾਰਾ ਪ੍ਰਬੰਧ ਨੇ ਜਿਹੜੇ ਪ੍ਰੋਪਰ ਬੰਦੋਬਸਤ ਜੋ ਹੋਣਾ ਚਾਹੀਦਾ ਅਮਨ ਅਮਾਨ ਵਾਸਤੇ, ਅਤੇ ਪ੍ਰੋਪਰ ਕਿਸੇ ਕਿਸਮ ਦੀ ਵੀ ਕੋਈ ਉਹ ਹਰਕਤ ਨਹੀਂ ਹੋਊਗੀ ਅਤੇ ਥਿੰਗਸ ਵਿਲ ਬੀ ਅੰਡਰ ਕੰਟਰੋਲ। ਸਰ ਕਿੰਨੇ ਕੁ ਮੁਲਾਜ਼ਮ ਇਸ ਵੇਲੇ ਤੈਨਾਤ ਕੀਤੇ ਗਏ ਨੇ, ਕਿਉਂਕਿ ਸੁਰੱਖਿਆ ਦਾ ਮਤਲਬ ਕਿੰਨੇ ਡੀਐਸ ਤੋਂ ਬਾਅਦ ਕਿਤੇ ਨਾ ਕਿਤੇ ਹੁੱਲੜਬਾਜੀ ਜ਼ਰੂਰ ਹੁੰਦੀ ਹੈ ਅਤੇ ਉਸ ਨਹੀਂ ਹੋਊਗੀ? ਦੇਖੋ ਅਸੀਂ ਸਾਰੇ ਜਿਹੜੇ ਇੱਥੇ ਪ੍ਰਬੰਧ ਗਿਣਤੀ ਦੇ ਆਲੇ ਦੁਆਲੇ, ਪਹਿਲਾਂ ਇਹਨਾਂ ਦੀ ਸੇਫਟੀ ਹੈ, ਜਿਹੜੇ ਸੇਫਟੀ ਆਫ ਮਸ਼ੀਨ, ਸੇਫਟੀ ਆਫ ਕਾਊਂਟਿੰਗ ਸੈਂਟਰਸ, ਉਸ ਤੋਂ ਬਾਅਦ ਕਾਲਜ, ਫਿਰ ਪ੍ਰੈਮਿਸਿਸ, ਫਿਰ ਆਲੇ ਦੁਆਲੇ ਕੀਤੀ ਹੋਈ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਕੋਈ ਵੀ ਜਿੱਤੇ ਅਸੀਂ ਉਹਦੇ ਲਈ ਵੀ ਅਰੇਂਜਮੈਂਟਸ, ਜਿੱਤਣ ਵਾਲੀ ਪਾਰਟੀ ਦੇ ਨਾਲ ਕਿਹੜੇ ਪ੍ਰੋਸੈਸ਼ਨ ਦੇ ਨਾਲ ਕੌਣ ਜਾਊਗਾ, ਅਤੇ ਜਿਹੜੇ ਕੋਈ ਸੈਕਿੰਡ ਥਰਡ ਜਾਂ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਪ੍ਰੋਪਰ ਸੇਫਟੀ ਦੇ ਨਾਲ ਜੇ ਕਿਸੇ ਨੂੰ ਕੋਈ ਹੋਊਗੀ ਵੀ ਆਰ ਮੇਡ ਪ੍ਰੋਪਰ ਅਰੇਂਜਮੈਂਟ। ਸਰ ਕਿੰਨੇ ਕੁ ਮੁਲਾਜ਼ਮ ਤੈਨਾਤ ਕੀਤੇ ਗਏ? ਚਲੋ ਇਹ ਨਹੀਂ ਫਿਕਰ, ਇਹ ਸਾਡੇ ਅਸੀਂ ਨਹੀਂ ਦੱਸ ਸਕਦੇ ਹੁੰਦੇ ਵੀ ਕਿੰਨੇ ਲੱਗੇ, ਪਰ ਵਾਧੂ ਲੱਗੇ ਹੋਏ ਨੇ। ਯੂ ਕੈਨ ਸੀ ਕਿ ਦੇਰ ਇਜ਼ ਨੋ ਡਰਥ ਆਫ, ਸਾਰਾ ਕੁਛ ਸਾਨੂੰ ਪੂਰਾ ਹੈ। ਸਰ ਜੇਕਰ ਕੋਈ ਸ਼ਰਾਰਤੀ ਤੋਂ ਕੋਈ ਸ਼ਰਾਰਤ ਕਰੂਗਾ ਤੇ ਸ਼ਰਾਰਤ ਜੇ ਕੋਈ ਕਰੂਗਾ ਉਹ ਫਿਰ ਭੁਗਤੂਗਾ? ਪਹਿਲੀ ਸ਼ਰਾਰਤੇ ਨਹੀਂ ਹੋਊਗੀ, ਜੇ ਕੋਈ ਕਰੂਗਾ ਦੈਨ ਵੀ ਆਰ ਹੀਅਰ। C1 ਨਿਊਜ਼ ਦੇ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।